ਕਾਂਗਰਸ ਵੱਲੋਂ ਪੰਜਾਬ ਵਿੱਚ ਦੋ ਹੋਰ ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਗਿਆ। ਹੁਸ਼ਿਆਰਪੁਰ ਅਤੇ ਫਰੀਦਕੋਟ ਤੋਂ ਦੋ ਕੈਂਡੀਡੇਟ ਅਨਾਊਂਸ ਕਰਨ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਫਰੀਦਕੋਟ ਹਲਕੇ ਦੀ, ਫਰੀਦਕੋਟ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਉਹਨਾਂ ਦੀ ਟਿਕਟ ਜਿਹੜੀ ਹੈ ਉਹ ਪਾਰਟੀ ਵੱਲੋਂ ਕੱਟ ਦਿੱਤੀ ਗਈ ਹੈ। ਉਹਨਾਂ ਦੀ ਜਗ੍ਹਾ ਦੇ ਉੱਤੇ ਇੱਕ ਮਹਿਲਾ ਕੈਂਡੀਡੇਟ ਨੂੰ ਜਿਹੜੀ ਆ ਉਹ ਸੀਟ ਜਿਹੜੀ ਉਹ ਦੇ ਦਿੱਤੀ ਗਈ ਹੈ। ਇਸ ਟਿਕਟ ਕੱਟਣ ਤੋਂ ਬਾਅਦ ਮੁਹੰਮਦ ਸਦੀਕ ਉਹਨਾਂ ਦਾ ਕੀ ਪ੍ਰਤੀਕਰਮ ਹੈ, ਸੋ ਲਓ ਆਪਾਂ ਸੁਣਦੇ ਹਾਂ ਕਿ ਉਹਨਾਂ ਦਾ ਇਸ ਟਿਕਟ ਕੱਟਣ ਤੋਂ ਬਾਅਦ ਕੀ ਕਹਿਣਾ, ਕਿਉਂਕਿ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਅਤੇ ਇੱਕ ਵਾਰ ਪਹਿਲਾਂ ਵਿਧਾਇਕ ਰਹਿ ਚੁੱਕੇ ਨੇ ਅਤੇ ਹੁਣ ਲਗਾਤਾਰ ਜਿਹੜਾ ਹੁਣ ਇਸ ਵਾਰੀ 5 ਸਾਲ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਰਹੇ ਨੇ। ਅੱਜ ਉਹਨਾਂ ਨੇ ਆਪਣੀ ਟਿਕਟ ਦਾ ਕੱਟਣ ਤੋਂ ਬਾਅਦ ਹਾਈ ਕਮਾਂਡ ਦੇ ਨਾਲ ਕੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਜਾਂ ਉਹਨਾਂ ਦਾ ਕੀ ਕਹਿਣਾ, ਇਸ 'ਤੇ ਆਪਾਂ ਉਹ ਸੁਣਦੇ ਹਾਂ। ਸਦੀਕ ਸਾਹਿਬ, ਸਵਾਗਤ ਰੇਡੀਓ ਚੰਨ ਪ੍ਰਦੇਸ਼ੀ ਅਤੇ ਜੀ ਆਇਆਂ ਨੂੰ, ਇਹ 'ਤੇ ਤੁਸੀਂ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੇ ਚੰਨ ਪ੍ਰਦੇਸ਼ੀ ਨੂੰ ਅਤੇ ਆਪ ਜੀ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਬਹੁਤ ਅਦਭੁਤ ਤੇ ਸਤਿਕਾਰ ਨਾਲ। ਸਦੀਕ ਸਾਹਿਬ, ਆਖਿਰਕਾਰ ਤੁਹਾਡੇ ਵਾਲੀ ਸੀਟ ਦਾ ਐਲਾਨ ਹੋ ਚੁੱਕਿਆ ਕਿ ਇਹ ਸੀਟ ਜਿਹੜੀ ਇੱਥੋਂ ਇਸ ਵਾਰੀ ਤੁਹਾਨੂੰ ਨਾ ਦੇ ਕੇ ਇੱਕ ਹੋਰ ਕੈਂਡੀਡੇਟ, ਮਹਿਲਾ ਕੈਂਡੀਡੇਟ ਨੂੰ ਇਹ ਸੀਟ ਦੇ ਦਿੱਤੀ ਆ, ਤੁਹਾਡਾ ਪਹਿਲਾ ਪ੍ਰਤੀਕਰਮ ਇਹਦੇ ਉੱਤੇ? ਮੇਰਾ ਪ੍ਰਤੀਕਰਮ ਤਾਂ ਇਹੀ ਹੈ ਵੀ ਮਤਲਬ ਹਾਈ ਕਮਾਂਡ ਨੇ ਜੋ ਅੱਛਾ ਲੱਗਿਆ ਉਹਨਾਂ ਨੇ ਫੈਸਲਾ ਕਰ ਦਿੱਤਾ ਜੀ। ਸੋ ਜੋ ਅੱਛਾ ਜੀ, ਜੋ ਹਾਈ ਕਮਾਂਡ ਨੂੰ ਅੱਛਾ ਲੱਗਿਆ ਉਹਨਾਂ ਨੇ ਉਹੀ ਫੈਸਲਾ ਕਰਨਾ ਸੀਗਾ, ਮੈਂ ਇਹਦੇ ਵਿੱਚ ਕੀ ਕਰ ਸਕਦਾ ਜੀ। ਜੀ, ਤੇ ਕਾਫੀ ਤੁਸੀਂ ਮਿਹਨਤ ਕੀਤੀ ਆ ਔਰ ਲਗਾਤਾਰ ਪ੍ਰਚਾਰ ਦੇ ਵਿੱਚ ਵੀ ਲੱਗੇ ਰਹੇ ਹੋ, ਤੇ ਤੁਹਾਨੂੰ ਇਹਦੇ ਬਾਰੇ ਹਾਈ ਕਮਾਂਡ ਵੱਲੋਂ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਗਈ ਜਾਂ ਕੀ ਸੀ, ਕਿਸ ਤਰ੍ਹਾਂ ਦਾ ਸੀ? ਨਹੀਂ, ਦੇਖੋ ਮੇਰੀ ਗੱਲ ਸੁਣੋ, ਜਿਹੜਾ ਹਾਈ ਕਮਾਂਡ ਜੀ ਉਹਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਨਹੀਂ ਹੈ ਜੀ, ਉਹਨੂੰ ਆਪ ਹੀ ਪਤਾ ਰੱਖਣਾ ਚਾਹੀਦਾ ਉਹਦਾ ਵੀ ਵੀ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ, ਕੌਣ ਚੁਗਲੀ ਕਰਦਾ ਕੌਣ ਨਿੰਦਿਆ ਕਰਦਾ ਕੌਣ ਬੁਰਾਈ ਕਰਦਾ ਕੀ ਨਹੀਂ ਕਰਦਾ, ਇਹ ਤਾਂ ਹਾਈ ਕਮਾਂਡ ਨੂੰ ਪਤਾ ਵੀ ਹੁੰਦਾ ਸਾਰੀ ਗੱਲਬਾਤ ਦਾ। ਚਲੋ, ਇਹ ਤਾਂ ਹਾਈ ਕਮਾਂਡ ਦੀ ਮਰਜ਼ੀ ਸੀ ਜੋ ਉਹਨਾਂ ਨੇ ਕਰਨਾ ਸੀ ਉਹ ਕਰ ਦਿੱਤਾ, ਆਪਣਾ ਇਹਦੇ ਵਿੱਚ ਕੋਈ ਜ਼ੋਰ ਨਹੀਂ ਹੈ। ਤਾਂ ਕੋਈ ਨਾਰਾਜ਼ਗੀ ਹਾਈ ਕਮਾਂਡ ਦੇ ਨਾਲ ਪਾਰਟੀ ਦੇ ਨਾਲ? ਸਦੀਕ ਸਾਹਿਬ, ਬਿਲਕੁਲ ਨਹੀਂ, ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ, ਕਿਉਂਕਿ ਪਾਰਟੀ ਦਾ ਹਾਈ ਕਮਾਂਡ ਇੱਕ ਹੀ ਰਹਿੰਦਾ ਹੁੰਦਾ, ਬਦਲੀ ਜਾਂਦੇ ਹੁੰਦੇ ਨੇ, ਸੋਚ ਬਦਲੀ ਜਾਂਦੀ ਹੁੰਦੀ ਹੈ, ਵਰਕਰ ਇੱਕ ਹੀ ਰਹਿੰਦਾ ਹੁੰਦਾ ਉਹ ਵੀ ਬਦਲ ਜਾਂਦਾ ਹੁੰਦਾ, ਸਾਰਾ ਕੁਛ ਇਹ ਚੇਂਜ ਹੁੰਦਾ ਰਹਿੰਦਾ, ਕੁਦਰਤ ਦਾ ਅਸੂਲ ਹੈ ਚੇਂਜ, ਹਾਂਜੀ, ਬਦਲਾਓ ਕੁਦਰਤ ਦਾ ਅਸੂਲ ਹੈ, ਬਦਲਾਓ ਹੋ ਜਾਂਦਾ ਹੁੰਦਾ, ਚਲੋ ਹੋ ਗਿਆ ਕੋਈ ਗੱਲ ਨਹੀਂ, ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਘਬਰਾਉਣ ਵਾਲੀ ਜਾਂ ਅਫਸੋਸ ਵਾਲੀ ਗੱਲ ਨਹੀਂ ਹੈ। ਇੰਨਾ ਜ਼ਰੂਰ ਹੁੰਦਾ ਵੀ ਜਿਹਨੇ 5 ਸਾਲ ਸੇਵਾ ਕੀਤੀ ਹੈ, ਜਿਹੜੇ ਲੋਕ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਮੈਨੂੰ ਤਕਲੀਫ ਹੋਣੀ ਹੈ ਇਸ ਗੱਲ ਦੀ, ਚਲੋ ਮੈਨੂੰ ਇਸ ਕਰਕੇ ਹੈਗੀ ਹੈ ਵੀ ਮੈਂ ਸਿਟਿੰਗ ਕੈਂਡੀਡੇਟ ਸੀਗਾ, ਐਮ ਪੀ ਸੀਗਾ, ਸਿਟਿੰਗ ਐਮ ਪੀ ਸੀਗਾ, ਇਸ ਕਰਕੇ ਪਤਾ ਨਹੀਂ ਵਿਚਾਰ ਕੀਤਾ ਗਿਆ ਕਿ ਨਹੀਂ ਕੀਤਾ ਗਿਆ, ਹਾਈ ਕੋਰਟ ਉਹ ਚੱਲਣ, ਮੈਨੂੰ ਇਸ ਗੱਲ ਦਾ ਇਸ ਬਾਰੇ ਪਤਾ ਨਹੀਂ ਹੈ, ਮੈਨੂੰ ਇੰਨਾ ਹੀ ਪਤਾ ਲੱਗਿਆ ਵੀ ਉਹ ਟਿਕਟ ਫਰੀਦਕੋਟ ਦੀ ਕਿਸੇ ਲੜਕੀ ਨੂੰ ਦਿੱਤੀ ਹੈ ਜੀ। ਸੋ ਬੜਾ ਲੰਬਾ ਤੁਹਾਡਾ ਸਾਥ ਹੈ ਕਾਂਗਰਸ ਪਾਰਟੀ ਦੇ ਨਾਲ, ਤੁਸੀਂ ਅਕਸਰ ਜ਼ਿਕਰ ਕਰਿਆ ਵੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਤੁਸੀਂ ਪਾਰਟੀ ਨਾਲ ਜੁੜੇ ਹੋ, ਤੇ ਹੁਣ ਜਿਹੜਾ ਇਹ ਜਿਹੜੀ ਟਿਕਟ ਜਿਹੜੀ ਅਨਾਊਂਸ ਕੀਤੀ ਗਈ ਹੈ, ਕੀ ਇਸ ਸੀਟ ਦੇ ਉੱਤੇ ਤੁਸੀਂ ਆਪਣੇ ਤੌਰ ਦੇ ਉੱਤੇ ਪਾਰਟੀ ਵੱਲੋਂ ਪ੍ਰਚਾਰ ਕਰਦੇ ਨਜ਼ਰ ਆਓਗੇ, ਵਰਕਰਾਂ ਨੂੰ ਮਿਲਦੇ ਮਿਲੋਗੇ? ਇਹਦੇ ਬਾਰੇ ਮੈਂ ਆਪ ਜੀ ਨੂੰ ਦੱਸ ਦੇਵਾਂ ਜੀ, ਜੇ ਮੈਂ ਪ੍ਰਚਾਰ ਕਰਨ ਵਾਸਤੇ ਉਸ ਹਲਕੇ 'ਚ ਚਲਿਆ ਗਿਆ ਨਾ ਹਾਂਜੀ, ਮੈਨੂੰ ਲੋਕੀ ਵਾਰ ਵਾਰ ਪੁੱਛਣਗੇ ਤੁਹਾਡੀ ਟਿਕਟ ਕਿਉਂ ਕੱਟੀ ਗਈ ਹੈ ਜੀ, ਮੈਂ ਬਜਾਏ ਪ੍ਰਚਾਰ ਦੇ ਜਵਾਬ ਦੇਣ ਜੋਗਾ ਰਹਿ ਜਾਊਂਗਾ, ਇਸ ਕਰਕੇ ਮੈਂ ਨਹੀਂ, ਪਰ ਤੁਸੀਂ ਤਾਂ ਸੰਤੁਸ਼ਟ ਹੋ ਸਦੀਕ ਸਾਹਿਬ, ਤੁਹਾਡੀਆਂ ਜਿੰਨੀਆਂ ਪ੍ਰਤੀਕਰਮ ਤੁਹਾਡੇ ਸੁਣੇ ਨੇ ਅਸੀਂ ਹੁਣ ਤੱਕ, ਤੇ ਤੁਹਾਨੂੰ ਇਹ ਆ ਵੀ ਤੁਹਾਨੂੰ ਜੋ ਪਾਰਟੀ ਨੇ ਸੇਵਾ ਦਿੱਤੀ ਹੈ ਉਹ ਤੁਸੀਂ ਕੀਤੀ ਹੈ, ਔਰ ਤੁਸੀਂ ਬਕਾਇਦਾ ਇੱਕ ਗੱਲਬਾਤ ਦੇ ਵਿੱਚ ਜ਼ਿਕਰ ਵੀ ਕੀਤਾ ਵੀ ਮੈਨੂੰ ਐਮ ਐਲ ਏ ਬਣਾਇਆ, ਐਮ ਪੀ ਬਣਿਆ ਮੈਂ, ਤੇ ਸੰਤੁਸ਼ਟ ਹੋ ਤੁਸੀਂ, ਮੇਰਾ ਖਿਆਲ ਇਲਾਕੇ ਦੇ ਵਿੱਚ ਤਾਂ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਣੀ ਚਾਹੀਦੀ। ਨਹੀਂ, ਮੇਰਾ ਆਪਣਾ ਖਿਆਲ ਹੈ ਵੀ ਲੋਕਾਂ ਨੂੰ ਸਮੱਸਿਆ ਨਹੀਂ ਸੀ ਜੀ,
ਤੇ ਕੁਛ ਦੋਸਤਾਂ ਨੂੰ ਸਮੱਸਿਆ ਹੋਊਗੀ, ਕੁਛ ਲੀਡਰ ਹੁੰਦੇ ਨੇ ਅਕਸਰ, ਹੈ ਨਾ, ਪਾਰਟੀ ਦੇ ਵਿੱਚ ਵੀ ਵਿਰੋਧੀ ਕੁਛ ਹੁੰਦੇ ਨੇ ਜਿਹੜੇ, ਮੈਂ ਕੁਛ ਹੁੰਦੇ ਨੇ ਸਦੀਕ ਸਾਹਿਬ ਜਿਹੜੇ ਵਿਰੋਧ ਕਰਦੇ ਨੇ ਪਾਰਟੀ ਦੇ ਅੰਦਰ ਰਹਿ ਕੇ। ਹੈਲੋ ਜੀ ਸਦੀਕ ਸਾਹਿਬ, ਮੈਂ ਕਿਹਾ ਕੁਛ ਲੋਕ ਹਾਂਜੀ, ਹੁੰਦੇ ਨੇ ਜਿਹੜੇ ਵਿਰੋਧ ਕਰਦੇ ਨੇ ਪਾਰਟੀ ਦੇ ਅੰਦਰ ਰਹਿ ਕੇ। ਦੇਖੋ ਪੰਜੇ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ ਹਾਂਜੀ, ਇਹ ਤਾਂ ਹੁੰਦਾ ਹੀ ਰਹਿੰਦਾ, ਹੁੰਦਾ ਇਹਦੇ ਵਿੱਚ ਕੋਈ ਨਹੀਂ, ਲੇਕਿਨ ਮੈਂ ਆਪਣੀ ਜ਼ਿੰਦਗੀ 'ਚ ਕਦੇ ਕਿਸੇ ਦਾ ਵਿਰੋਧ ਨਹੀਂ ਕੀਤਾ। ਮੇਰਾ ਜਿਹਨੇ ਕੀਤਾ ਉਹ ਖੁਸ਼ ਰਹਿਣ, ਆਬਾਦ ਰਹਿਣ, ਚੜ੍ਹਦੀ ਕਲਾ 'ਚ ਰਹਿਣ ਜੀ। ਤਾਂ ਕੋਈ ਜ਼ਿਲ੍ਹਾ ਕੁਛ ਇਲਾਕੇ ਨਾਲ, ਕੁਛ ਆਪਣਿਆਂ ਨਾਲ, ਕੁਛ ਬਗਾਨਿਆਂ ਨਾਲ ਸਦੀਕ ਸਾਹਿਬ? ਹਾਂਜੀ, ਮੈਂ ਕੋਈ ਗਿਲਾ ਆਪਣਿਆਂ ਨਾਲ, ਬਗਾਨਿਆਂ ਨਾਲ, ਇਲਾਕੇ ਨਾਲ? ਦੇਖੋ ਜੋ ਉਹਨਾਂ ਨਾਲ ਸਾਂਝ ਬਣੀ ਹੋਈ ਹੈ ਉਹ ਬਣੀ ਰਹੂਗੀ, ਹੈਂਜੀ, ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ। ਦੂਜੀ ਗੱਲ ਹੈ ਪਾਰਟੀ ਦੀ, ਪਾਰਟੀ ਦੀ ਸੇਵਾ ਕਰਨ ਵਾਸਤੇ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਜੇ ਮੈਂ ਇਹਨਾਂ ਦੇ ਨਾਲ ਜਾਊਂਗਾ ਤਾਂ ਮੈਨੂੰ ਸਿਰਫ ਸਵਾਲ ਹੋਣਗੇ, ਬਿਲਕੁਲ ਕੀ ਗੱਲ ਸੀ ਹੋ ਗਈ ਹੈ, ਉਹ ਮੈਂ ਜਵਾਬ ਬਜਾਏ ਪ੍ਰਚਾਰ ਕਰਨ ਦੇ ਮੈਂ ਕੱਲਾ ਜਵਾਬ ਦੇਣ 'ਚ ਰਹਿ ਜਾਊਂਗਾ, ਹੈਂਜੀ। ਅੱਛਾ, ਫਿਰ ਜਿਹੜਾ ਕੈਂਡੀਡੇਟ ਹੁੰਦਾ ਉਹ ਵੀ ਦੁਖੀ ਹੋ ਜਾਂਦਾ ਹੁੰਦਾ ਵੀ ਕਮਾਲ ਦੀ ਗੱਲ ਹੈ, ਅਜਾ ਕਿਹੜੇ ਕੰਮ ਨੂੰ ਕਰਦਾ ਕੀ ਹੈ ਇਹ। ਇਸ ਕਰਕੇ ਅੱਛੀ ਗੱਲ ਇਹ ਹੈ ਵੀ ਥੋੜ੍ਹੇ ਦੇਰ ਖੜੇ ਆਰਾਮ ਕਰੋ ਤਾਂ ਕਿ ਕੋਈ ਉਲਾਂਭਾ ਨਾ ਆਵੇ, ਤਾਂ ਕਿ ਕੋਈ ਤੁਹਾਡੇ 'ਤੇ ਕੋਈ ਸ਼ੱਕ ਨਾ ਕਰੇ। ਉਸ ਤੋਂ ਮਗਰੋਂ ਸਾਰੀ ਜ਼ਿੰਦਗੀ ਪਾਰਟੀ ਦੇ ਵਿੱਚ ਹੀ ਰਹਿਣਾ, ਪਾਰਟੀ ਦਾ ਪ੍ਰਚਾਰ ਕਰਨਾ। ਤੇ ਬਾਕੀ ਪੰਜਾਬ ਦੇ ਵਿੱਚ ਅਗਰ ਪਾਰਟੀ ਡਿਊਟੀ ਲਾਉਂਦੀ ਹੈ ਪ੍ਰਚਾਰ ਦੇ ਤੌਰ ਦੇ ਉੱਤੇ, ਕਿਉਂਕਿ ਵੱਡਾ ਚਿਹਰਾ ਨੇ ਮੁਹੰਮਦ ਸਦੀਕ ਸਵਾਲ ਕਰਨਗੇ ਜੀ, ਫਿਲਹਾਲ ਇਹਨਾਂ ਇਸ ਇਲੈਕਸ਼ਨ ਦੇ ਵਿੱਚ ਉਹ ਇਹੀ ਸਵਾਲ ਹੋਊਗਾ, ਕਿਉਂਕਿ ਮੇਰੀ ਕਿਸੇ ਵੱਲੋਂ ਸ਼ਿਕਾਇਤ ਨਹੀਂ ਸੀ। ਮੈਂ ਸਾਫ ਗੱਲ ਦੱਸਦਾ, ਮੈਨੂੰ ਜੇ ਮੈਨੂੰ ਕਿਤੋਂ ਫੋਨ ਆਏ ਨੇ ਨਾ ਵੀ ਬਾਈ ਜੀ ਸਾਡੀ ਬਦਲੀ ਕਰਵਾ ਦਿਓ, ਤਾਂ ਉਹ ਫਾਜ਼ਿਲਕਾ ਤੋਂ ਵੀ ਆਏ ਨੇ, ਮੇਰਾ ਹਲਕਾ ਨਹੀਂ ਹੈ, ਤਾਂ ਉਹ ਪਠਾਨਕੋਟ ਤੋਂ ਵੀ ਆਏ ਨੇ, ਮੇਰਾ ਹਲਕਾ ਨਹੀਂ ਹੈ, ਉਹ ਸੰਗਰੂਰ ਤੋਂ ਵੀ ਆਏ ਨੇ, ਉਹ ਪਟਿਆਲੇ ਤੋਂ ਵੀ ਆਏ ਨੇ, ਬਾਈ ਜੀ ਆਹ ਕੰਮ ਕਰਵਾ ਦਿਓ ਅਗਰ ਹੋ ਸਕਦਾ। ਤਾਂ ਮੇਰੇ ਘਰ ਦੇ ਮਤਲਬ ਸਾਰੇ ਪੰਜਾਬ ਦੇ ਲੋਕ ਮੈਨੂੰ ਪਿਆਰ ਕਰਦੇ ਨੇ, ਹੈਂਜੀ, ਮੇਰੇ ਮੈਨੂੰ ਤਾਂ ਕਿਸੇ ਕੋਈ ਐਸਾ ਗਿਲਾ ਨਹੀਂ ਹੈ, ਤੇ ਲੋਕਾਂ ਨੂੰ ਜ਼ਰੂਰ ਤਕਲੀਫ ਹੋਊਗੀ ਵੀ ਚਲੋ ਯਾਰ ਸਾਡੀ ਗੱਲ ਸੁਣ ਲੈਂਦਾ ਸੀ, ਸਾਡਾ ਫੋਨ ਚੱਕ ਲੈਂਦਾ ਸੀ, ਹੈਂਜੀ, ਕੋਈ ਵੀ ਆਗੂ ਨੇ ਚਾਹੇ ਕਿਸੇ ਵੀ ਪਾਰਟੀ ਨੇ ਆਪਾਂ ਜ਼ਿਕਰ ਨਾ ਕਰੀਏ, ਪਰ ਉਹ ਉਹਨਾਂ ਦੇ ਫੋਨ ਜਿਹੜੇ ਨੇ ਮੁੜ ਕੇ ਪੀਏ ਤੋਂ ਬਾਅਦ ਵੀ ਅੱਗੇ ਪੀਏ ਦੇ ਵੀ ਪੀਏ ਰੱਖੇ ਜਾਂਦੇ ਨੇ, ਤੁਹਾਡੀ ਇਹ ਖਾਸੀਅਤ ਹੈ? ਨਹੀਂ ਦੇਖੋ ਮੇਰੀ ਗੱਲ ਸੁਣੋ, ਇੱਕ ਤਾਂ ਫੋਨ ਬਣਿਆ ਇਸ ਕਰਕੇ ਹੈ ਵੀ ਤੁਸੀਂ ਇਸ ਤੋਂ ਕੰਮ ਲਵੋ, ਕਿਸੇ ਨੂੰ ਕੋਈ ਖਾਸ ਜ਼ਰੂਰਤ ਹੁੰਦੀ ਹੈ ਉਹ ਤੁਹਾਨੂੰ ਫੋਨ ਕਰੂਗਾ, ਜੇ ਤੁਸੀਂ ਨਹੀਂ ਚੱਕਦੇ ਨਾ ਤੇ ਫਿਰ ਮੈਂ ਸਮਝਦਾ ਬਈ ਇਹ ਫੋਨ ਲੈਣਾ, ਫੋਨ ਹੱਥ 'ਚ ਰੱਖਣਾ ਬਿਲਕੁਲ ਹੀ ਬੇਕਾਰ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਬਣੇ ਤੇ ਬਿਜਨਸ ਬਣਾ ਵਾਸਤੇ ਹੈ, ਲੇਕਿਨ ਦੁੱਕੜੇ ਸੁੱਕੜੇ ਵੀ ਕਈ ਵਾਰੀ ਇਹਦੇ ਤੇ ਖਿੱਚੇ ਜਾਂਦੇ ਨੇ। ਔਰ ਜੇ ਤੁਸੀਂ ਫੋਨ ਨਹੀਂ ਚੱਕਦੇ, ਦੂਜੀ ਗੱਲ ਤੁਸੀਂ ਕਿਹਾ ਵੀ ਲੀਡਰ ਨਹੀਂ ਚੱਕਦੇ, ਮੈਂ ਮਾਫ਼ ਕਰਨਾ, ਮੈਂ ਲੀਡਰ ਨਹੀਂ ਹੈ, ਮੈਂ ਤਾਂ ਸੇਵਾਦਾਰ ਹਾਂ, ਸੇਵਾਦਾਰ ਬਣ ਕੇ ਆਇਆ ਜੀ, ਹੈ ਜੀ, ਬਿਲਕੁਲ ਸੇਵਾਦਾਰ ਬਣ ਕੇ ਹੀ ਵਿਚਰ ਰਹੇ ਹੋ ਅੱਜ ਵੀ, ਬਿਲਕੁਲ ਬਿਲਕੁਲ। ਸੋ ਇਹ ਤੁਹਾਡੀ ਹੈਗੀ ਹੈ, ਕਿਉਂਕਿ ਜਿੱਦਾਂ ਲੋਕ ਗਾਇਕ ਸੀ ਤੇ ਲੋਕਾਂ ਦੇ ਲੀਡਰ ਤੁਸੀਂ ਅੱਜ ਹੈਗੇ ਹੋ, ਕਿਉਂਕਿ ਲੋਕਾਂ ਦੀ ਗੱਲ ਸੁਣਦੇ ਹੋ, ਲੋਕਾਂ ਦੇ ਵਿੱਚ ਰਹਿੰਦੇ ਹੋ, ਤੇ ਇਹ ਗੱਲ ਤੁਹਾਡੇ ਹੱਕ ਦੇ ਵਿੱਚ ਹੈ। ਸਦੀਕ ਸਾਹਿਬ, ਮੈਂ ਅਕਸਰ ਇਹ ਗੱਲ ਕਹਿੰਦਾ, ਕਿਉਂਕਿ ਜਲੰਧਰ ਅੱਜ ਇੱਕ ਜਿੱਦਾਂ ਪਹਿਲਾਂ ਪੱਤਰਕਾਰਤਾ ਦੀ ਜਾਂ ਕਹਿ ਲਓ ਵੀ ਪ੍ਰੈਸ ਦੀ ਰਾਜਧਾਨੀ ਸੀਗਾ ਪੰਜਾਬ ਦਾ, ਖੇਡਾਂ ਦੇ ਖੇਤਰ ਦੇ ਵਿੱਚ ਜਲੰਧਰ ਸਿਖਰ ਦੇ ਉੱਤੇ ਨਾਮ ਸੀ, ਅੱਜ ਦਲ ਬਦਲੂਆਂ ਦੀ ਰਾਜਧਾਨੀ ਕਹਿ ਲਈਏ ਤਾਂ ਜਲੰਧਰ ਬਣ ਚੁੱਕੇ ਆ, ਤੇ ਜਿਹੜਾ ਵੀ ਪਾਰਟੀ ਤੋਂ ਨਾਰਾਜ਼ ਹੁੰਦਾ ਤੇ ਉਹ ਠਾ ਦੇਣੇ ਪਾਰਟੀ ਬਦਲ ਲੈਂਦਾ, ਤੇ ਇਹ ਨਹੀਂ ਦੇਖਦਾ ਵੀ ਮੈਂ ਜਾਣਾ ਕਿੱਥੇ ਆ ਤੇ ਮੈਂ ਖੜਾ ਕਿੱਥੇ ਸੀ ਤੇ ਮੇਰੇ ਫਰਜ਼ ਕੀ ਨੇ ਤੇ ਮੇਰੇ ਅਸੂਲ ਕੀ ਨੇ। ਗੁੱਸੇ 'ਚ ਨੇ, ਗੁੱਸਾ ਚੰਡਾਲ ਹੁੰਦਾ, ਬੰਦੇ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਹਰ ਗੱਲ ਨੂੰ ਸੋਚ ਲੈਣਾ ਚਾਹੀਦਾ। ਜਦੋਂ ਅਸੀਂ ਸੋਚ ਕੇ ਕੋਈ ਕੰਮ ਕਰੋਗੇ ਨਾ, ਮੇਰਾ ਖਿਆਲ ਨਹੀਂ ਕਹੋਗੇ, ਸੋਚ ਇੱਕ ਵਿੱਚ ਸੋਚ ਜਿਹੜਾ ਬੋਲਣਾ। ਬਹੁਤ ਸਾਰੇ ਲੋਕਾਂ ਨੂੰ ਮੈਂ ਐਸਾ ਦੇਖਿਆ ਵੀ ਜੋ ਸੁਇਸਾਈਡ ਕਰਨ ਚੱਲੇ ਨੇ, ਲੇਕਿਨ ਜੋ ਇੱਕ ਸਕਿੰਟ ਵਾਸਤੇ ਉਹਨਾਂ ਨੇ ਸੋਚ ਰਹੇ ਵੀ ਮੈਂ ਕੀ ਕਰ ਰਿਹਾ, ਹੈਂਜੀ, ਉੱਥੋਂ ਉਹਨਾਂ ਦਾ ਮੂਹਰਾ ਹੋ ਗਿਆ। ਇਸ ਕਰਕੇ ਜਿਹੜਾ ਗੁੱਸਾ ਹੈ ਇਹ ਚੰਡਾਲ ਹੈ, ਗੁੱਸਾ ਨਹੀਂ ਕਰਨਾ ਚਾਹੀਦਾ। ਸਾਨੂੰ ਜਦੋਂ ਗੁੱਸਾ ਆਉਂਦਾ ਨਾ, ਫਿਰ ਅਸੀਂ ਸਿੱਧਾ ਪੁੱਠਾ ਕੋਈ ਵੀ ਕੰਮ ਕਰ ਲੈਂਦੇ ਹਾਂ। ਮੈਂ ਸਮਝਦਾ ਵੀ ਗੁੱਸਾ ਕੋਈ ਅੱਛੀ ਚੀਜ਼ ਨਹੀਂ ਹੈ।
ਬਿਲਕੁਲ। ਤੇ ਸਦੀਕ ਸਾਹਿਬ ਮੇਰਾ ਲਾਸਟ ਸਵਾਲ ਇਹੀ ਹੈ ਕਿ ਮੁਹੰਮਦ ਸਦੀਕ ਨਾਰਾਜ਼ਗੀ ਵਸ਼ ਹੋਰ ਪਾਸੇ ਜਾਣ ਦੀ ਤਾਂ ਨਹੀਂ ਸੋਚ ਰਹੇ? ਵੈਸੇ ਤਾਂ ਲੀਡਰ ਦੱਸਦੇ ਨਹੀਂ ਹੁੰਦੇ, ਪਰ ਤੁਸੀਂ ਲੋਕਾਂ ਦੇ ਆਗੂ ਹੋ, ਮੈਂ ਇਸ ਕਰਕੇ ਸਵਾਲ ਪੁੱਛ ਲਿਆ। ਹੁਣ ਮੈਂ ਆਪਣੀ ਤਾਰੀਫ਼ ਕਰਨ ਲੱਗੇ ਆ, ਚਾਹੀਦਾ ਨਹੀਂ ਆ ਆਪਣੇ ਮੂੰਹ ਤੋਂ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ, ਮੈਂ ਆਪਣੀ ਤਾਰੀਫ਼ ਕਰਨ ਲੱਗਿਆ। ਮੈਨੂੰ ਬਹੁਤ ਆਫਰ ਆਈਆਂ ਨੇ, ਬਹੁਤ ਪੈਸੇ ਦੀ ਆਫਰ ਆਈ ਹੈ, ਲੇਕਿਨ ਪੈਸਾ ਨਾ ਤਾਂ ਜ਼ਿੰਦਗੀ ਤੁਹਾਡੇ ਨਾਲ ਆਇਆ, ਨਾ ਹੀ ਤੁਹਾਡੇ ਨਾਲ ਜਾਣਾ। ਵਾਹ, ਬਿਲਕੁਲ। ਤਾਂ ਤੁਸੀਂ ਉਮਰ ਦੇ ਹਿਸਾਬ ਨਾਲ ਸਾਰੇ ਰੰਗ ਦੇਖ ਲਏ ਨੇ ਜ਼ਿੰਦਗੀ ਦੇ। ਆਪਣੀ ਮੈਨੂੰ ਤਾਂ ਪਰਮਾਤਮਾ ਨੇ ਜੋ ਦਿੱਤਾ, ਮੈਂ ਸਮਝਦਾ ਪੂਰ ਦੁਨੀਆਂ ਨੂੰ ਇਹ ਦੇਵੇ, ਸਾਰੀ ਦੁਨੀਆਂ ਨੂੰ ਇਹ ਬਖਸ਼ਿਸ਼ ਦੇਵੇ ਜੋ ਮੈਨੂੰ ਬਖਸ਼ਿਆ। ਹਾਂਜੀ, ਮੇਰੀ ਆਪਣੀ ਸਿੰਗਿੰਗ ਫੀਲਡ ਦੇ ਵਿੱਚ ਮੇਰੀ ਪਹਿਚਾਣ ਬਣ ਗਈ, ਲੋਕਾਂ ਨੇ ਪਿਆਰ ਦਿੱਤਾ। ਇੱਧਰ ਮੈਂ MLA ਵੀ ਰਹਿ ਗਿਆ, ਅਤੇ ਸਭ ਤੋਂ ਵੱਡੀ ਪੋਸਟ ਹੈ MP, ਮੈਂ ਉਹ ਵੀ ਰਹਿ ਲਿਆ। ਹੁਣ ਇਹ ਤੋਂ ਵੱਡਾ ਮੈਂ ਹੋਰ ਕੀ? ਹੁਣ ਪ੍ਰਧਾਨ ਮੰਤਰੀ ਨੂੰ ਹੱਥ ਪਾਉਂਦੇ ਕੁਰਸੀ ਨੂੰ ਸਦੀਕ ਸਾਹਿਬ, ਇਹ ਤੋਂ ਵੱਡਾ ਤਾਂ ਕੁਛ ਵੀ ਨਹੀਂ ਹੁੰਦਾ ਜੀ। ਮੇਰੇ ਤੇ ਪਰਮਾਤਮਾ ਦੀ ਬੜੀ ਕਿਰਪਾ ਜੀ, ਲੋਕਾਂ ਦਾ ਬਹੁਤ ਪਿਆਰ ਹੈ, ਪੰਜਾਬ ਦੇ ਲੋਕਾਂ ਦਾ। ਜਿਵੇਂ ਨਹੀਂ ਵੀ ਇਸ ਵੇਲੇ ਇਲੈਕਸ਼ਨ ਲੜ ਰਿਹਾ ਜਾਂ MP ਨਹੀਂ ਹੈ ਨਾ, ਮੈਨੂੰ ਲੋਕ ਉਵੇਂ ਜਿਵੇਂ ਪਿਆਰ ਕਰਦੇ ਨੇ ਔਰ ਕਰਦੇ ਰਹਿਣਗੇ। ਬਿਲਕੁਲ। ਤੇ ਜਿਹੜਾ ਤੁਹਾਡੇ ਕਿੱਤੇ ਦੇ ਤੌਰ ਦੇ ਉੱਤੇ ਸੰਗੀਤ ਨਾਲ ਜੁੜੇ ਹੋ, ਗਾਇਕੀ ਨਾਲ ਜੁੜੇ ਹੋ, ਨਿਰੰਤਰ ਜਾਰੀ ਹੈ? ਉਹ ਤਾਂ ਮੇਰਾ ਚੱਲੀ ਜਾਂਦਾ ਜੀ, ਉਹ ਨਾ ਮੈਂ MLA ਬਣ ਕੇ ਛੱਡਿਆ ਸੀਗਾ ਤੇ ਨਾ ਹੀ ਮੈਂ MP ਬਣ ਕੇ ਛੱਡਿਆ, ਕਿਉਂਕਿ ਮੇਰੀ ਰੋਟੀ ਜਿਹੜੀ ਹੈ ਨਾ ਹਜੇ ਮੇਰੀ ਉਸੇ ਕੰਮ ਤੇ ਚੱਲਦੀ ਹੈ। ਮੈਂ ਹੋਰ ਤਾਂ ਕੁਛ ਕਰਦਾ ਨਹੀਂ ਹੈ, ਮੇਰਾ ਕੋਈ ਐਸਾ ਧੰਦਾ ਨਹੀਂ ਹੈ ਜਿਹਦੇ 'ਤੇ ਕੋਈ ਉਂਗਲੀ ਚੱਕ ਸਕੇ, ਮੇਰਾ ਕੋਈ ਐਸਾ ਧੰਦਾ ਨਹੀਂ ਹੈ ਜਿਹੜਾ ਮੈਂ ਡਰਾਂ ਵੀ ED ਆ ਜੂਗੀ, ਫਲਾਨਾ ਆ ਜੂਗਾ, ਟਿਕਟ ਆ ਜੂਗਾ। ਮਜ਼ਦੂਰ ਆਦਮੀ ਹੈ, ਪਹਿਲਾਂ ਤਾਂ ਮਜ਼ਦੂਰੀ ਕਰਕੇ ਖਾਧੀ ਹੈ, ਹਜੇ ਹੁਣ ਵੀ ਕਰ ਰਹੇ ਹਾਂ। ਅਤੇ ਆਮ ਤੌਰ ਦੇ ਉੱਤੇ MLA ਬਣਨ ਤੋਂ ਬਾਅਦ ਬੰਦਾ ਬਹੁਤ ਕੁਛ ਇਲਜ਼ਾਮ ਸਿਆਸਤ ਤੇ ਲੱਗਦੇ ਨੇ ਸਦੀਕ ਸਾਹਿਬ, ਤੇ ਤੁਸੀਂ MLA ਵੀ ਬਣੇ ਹੋ, MP ਵੀ ਬਣੇ ਹੋ। ਨਹੀਂ, ਮੇਰੇ ਵੀਰ ਜੀ ਨੇ ਇਲਜ਼ਾਮ ਲਾਉਣਾ ਲਾ ਦੇਵੇ, ਪਰ ਗੱਲ ਇਹ ਮੈਥੋਂ ਕੋਈ ਗਲਤੀ ਹੋ ਸਕਦੀ ਹੈ, ਇਨਸਾਨ ਗਲਤੀ ਦਾ ਪੁਤਲਾ ਹੈ, ਕੋਈ ਗਲਤੀ ਹੋ ਸਕਦੀ ਲੇਕਿਨ ਕੀਤੀ ਨਹੀਂ ਹੈ। ਸੋ ਤੁਹਾਡਾ ਕਹਿਣਾ ਕਿ ਕੋਈ ਬਹੁਤ ਵੱਡੀ ਕੋਈ ਜਾਇਦਾਦ ਇਸ ਆੜ ਦੇ ਵਿੱਚ ਨਹੀਂ ਬਣਾਈ ਜਿਹੜੀ ਕਿ ਅਸੀਂ ਕੱਲ ਨੀਵੇਂ ਹੋਣਾ ਪਵੇ ਸਾਨੂੰ? ਮੇਰਾ ਆਪਣਾ ਖਿਆਲ ਹੈ, ਮੈਂ ਕੋਸ਼ਿਸ਼ ਕੀਤੀ ਹੈ ਵੀ ਮੈਂ ਮੇਰੇ ਵੱਲ ਕੋਈ ਉਂਗਲ ਨਾ ਕਰੇ, ਮੈਂ ਬੇਦਾਗ ਰਹਾਂ ਕਿਉਂਕਿ ਪਰਮਾਤਮਾ ਨੇ ਐਸੀ ਜ਼ਿੰਦਗੀ ਬਖਸ਼ੀ ਹੈ, ਇੰਨਾ ਪਿਆਰ ਮਿਲਣਾ ਲੋਕਾਂ ਵਿੱਚੋਂ। ਦੇਖੋ ਜੀ, ਦੋ ਫੀਲਡਾਂ ਨੇ, ਇੱਕ ਨਹੀਂ ਹੈਗੀ ਹੈ, ਇੱਕ 'ਚ ਬਹੁਤ ਲੋਕ ਪਿਆਰ ਖੱਟਦੇ ਨੇ, ਬਹੁਤ ਬੜੇ ਬੜੇ ਲੋਕਾਂ ਨੇ ਪਿਆਰ ਖੱਟਿਆ ਔਰ ਹੁਣ ਵੀ ਖੱਟ ਰਹੇ ਨੇ, ਪਰ ਮੈਨੂੰ ਦੋਨਾਂ ਫੀਲਡਾਂ ਦੇ ਵਿੱਚ ਲੋਕਾਂ ਦਾ ਸਤਿਕਾਰ ਮਿਲਿਆ, ਲੋਕਾਂ ਦਾ ਪਿਆਰ ਮਿਲਿਆ। ਮੈਂ ਸਮਝਦਾ ਵੀ ਮੇਰੇ ਵਰਗਾ ਕਿਸਮਤ ਵਾਲਾ ਕੋਈ ਨਹੀਂ ਹੈ ਜੀ। ਤਾਂ ਫਰੀਦਕੋਟ ਦੇ ਜਿਹੜੇ ਤੁਹਾਡੇ ਸਪੋਰਟਰ ਸੀ ਉੱਥੇ, ਜਿਹਨਾਂ ਦੇ ਲਈ ਤੁਸੀਂ 5 ਸਾਲ ਉੱਥੇ ਰਹੇ ਹੋ, ਮੈਂਬਰ ਪਾਰਲੀਮੈਂਟ ਰਹੇ ਹੋ, ਕੋਈ ਉਹਨਾਂ ਨੂੰ ਸੁਨੇਹਾ ਤੇ ਪੰਜਾਬ ਵਾਸੀਆਂ ਨੂੰ ਕੋਈ ਸੁਨੇਹਾ ਸਦੀਕ ਸਾਹਿਬ? ਨਹੀਂ, ਉਹਨਾਂ ਦੇ ਰਾਤੀ ਫੋਨ ਆਉਂਦੇ ਸੀਗੇ, ਮੈਂ ਉਹਨਾਂ ਨੂੰ ਕਿਹਾ ਯਾਰ ਸਬਰ ਔਰ ਸ਼ੁਕਰ ਬਹੁਤ ਬੜੀ ਚੀਜ਼ ਹੈ, ਬਹੁਤ ਬੜੀ ਦੌਲਤ ਹੈ, ਸਬਰ ਸ਼ੁਕਰ ਕਰਨਾ ਚਾਹੀਦਾ, ਆਪਾਂ ਨੂੰ ਬਹੁਤ ਕੁਛ ਮਿਲ ਗਿਆ, ਬੜੀ ਇੱਜ਼ਤ ਕਮਾਈ ਹੈ, ਜਦ ਕਿਤੇ ਮੌਕਾ ਹੋਰ ਕਿਸੇ ਪਾਸੇ ਸੇਵਾ ਦਾ ਮਿਲਿਆ ਆਪਾਂ ਕਰ ਲਵਾਂਗੇ। ਦੇਖੋ ਜੀ, ਇਹ ਉਹ ਪਾਰਟੀ ਹੈ ਜਿਹੜੀ ਪਾਰਟੀ ਹਿੰਦੁਸਤਾਨ ਵਿੱਚ ਆਜ਼ਾਦੀ ਲੈ ਕੇ ਆਈ ਹੈ, ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ, ਪੰਡਿਤ ਨਹਿਰੂ, ਹਜੀ ਸਰਦਾਰ ਪਟੇਲ, ਹਜੀ ਮੇਰੇ ਕਹਿਣ ਦਾ ਮਤਲਬ ਕਿਹਦਾ ਕਿਹਦਾ, ਸਰਦਾਰ ਭਗਤ ਸਿੰਘ ਜੀ, ਕਰਤਾਰ ਸਿੰਘ ਸਰਾਭਾ ਜੀ, ਊਧਮ ਸਿੰਘ ਸਲਾਮ ਜੀ, ਮੈਂ ਕਿਹਦਾ ਕਿਹਦਾ ਨਾਮ ਲਵਾਂ ਜਿਹੜੇ ਲੋਕਾਂ ਨੇ ਫਾਂਸੀ ਦੇ ਰਸਤੇ ਚੁੰਮਣ ਤੋਂ ਬਾਅਦ, ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਆਜ਼ਾਦੀ ਦਾ ਸੁੱਖ ਅਸੀਂ ਨਹੀਂ ਮੰਨਣਾ,
ਲੇਕਿਨ ਉਹਨਾਂ ਨੂੰ ਇਹ ਪਤਾ ਸੀ ਕਿ ਜੇ ਅਸੀਂ ਕੁਰਬਾਨੀ ਦੇ ਦੇਵਾਂਗੇ ਤਾਂ ਆਉਣ ਵਾਲੀ ਜਨਰੇਸ਼ਨ ਵਾਸਤੇ ਸਾਡਾ ਮੁਲਕ ਆਜ਼ਾਦ ਹੋਊਗਾ ਔਰ ਆਉਣ ਵਾਲੀ ਜਨਰੇਸ਼ਨ ਸਾਨੂੰ ਯਾਦ ਕਰੂਗੀ। ਮਤਲਬ ਉਹਨਾਂ ਨੂੰ ਮੈਂ ਇਸ ਪਾਰਟੀ ਨੂੰ ਛੱਡ ਕੇ ਕਿੱਥੇ ਜਾ ਸਕਦਾ, ਮੇਰਾ ਮਨ ਹੀ ਨਹੀਂ ਕਰਦਾ, ਮੇਰਾ ਜੀ ਨਹੀਂ ਕਰਦਾ। ਬਿਲਕੁਲ, ਸੋ ਬਹੁਤ ਧੰਨਵਾਦ ਸਦੀਕ ਸਾਹਿਬ, ਤੁਸੀਂ ਸਮਾਂ ਦਿੱਤਾ ਰੇਡੀਓ ਚੰਨ ਪਰਦੇਸੀ ਨੂੰ, ਮੇਰੇ ਵੱਲੋਂ ਅਦਾਰਾ ਚੰਨ ਪਰਦੇਸੀ ਵੱਲੋਂ ਔਰ ਦੁਨੀਆ ਭਰ ਵਿੱਚ ਸੁਣ ਰਹੇ ਸਰੋਤਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਮੇਰੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਬਾ ਅਦਬ, ਬਾ ਸਤਿਕਾਰ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਜੀ, ਧੰਨਵਾਦ।